खबरसार मैं रमन कुमार नाल मेरे साडे महान मेहमान दी प्रचकाली हो रही स्वागत है जी काली जी। तीन चार मुद्दे हैं जी और ज़्यादा तौर पर एक मुद्दा जो कोविड का है वो हमेशा वो कोई भी प्रोग्राम उसके बगैर अधूरा रहेगा। असं उस बाबत भी गल करांगे। एक दो मुद्दे होर है लेकिन साडे देश के केंद्रीय मंत्री नितिन गडकरी होरी जिहड़े मोदी सरकार का एक बड़ा वड्डा अहम हिस्सा हैं उन्होंने एक अजिहा ऐलान है लग्या एक कि पहलो इस बारे ही अज गल की जाए शुरुआत इत्थों की जाए। साथियों गल जिक्र करनी पड़ती है कि कुछ दिन पहलों साड़ी केंद्र सरकार ने ऑर्डिनेंस कुछ जारी किए हैं नवा कानून जिन्हों कह लो आ गया है जो पार्लियामेंट सैशन दे विच नहीं होंदी तो सरकार कुछ करना चाहे तो ऑर्डिनेंस दा रस्ता तैयार कर लेंदी है पार्लियामेंट का सैशन आएगा उन्हों पास करवा लिता जाएगा। तो इन ऑर्डिनेंस के तहत ये मुद्दा जी नितिन गडकरी होरां दा बयान है साडे पंजाब वास्ते बड़ा अहम और महत्वपूर्ण है। पंजाब दे विच होर काम धंधे हैं कारखाने हैं लेकिन खेती का किता जो है वह रीढ़ की हड्डी है पंजाब की और पंजाब की वड्डी वस्तु जी है रोटी रोजी वास्ते खेती ते निर्भर है। तो जिहड़े ऑर्डिनेंस जारी हुए ने उहदे विच बड़ी वड्डी तब्दीलियां साथी हुए आ गई हैं कि जिहड़ा पंजाब अपना साडी दो वड्डियां फसलां ने कणक झोने दीआं तो उहनूं उहदा समर्थन मुल मिलता घट्टो घट एक कीमत हुंदी है जिहनूं MSP कह दिंदे आ मिनिमम सपोर्ट प्राइस। ਤੁਸੀਂ ਫਸਲ ਬੀਜੀ ਹੈ ਮੰਡੀ 'ਚ ਲੈ ਕੇ ਗਏ ਪਤਾ ਮੈਨੂੰ ਇੰਨੇ ਪੈਸੇ ਮਿਲ ਜਾਣੇ ਹੈ। ਆਰਡੀਨੈਂਸ ਦੇ ਕਰਕੇ ਇਹ ਆਇਆ ਸੀ ਕਿ ਕੁਛ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਵੇਂ ਆਟਾ ਸੋ ਜਿਵੇਂ ਦਾਲ ਹੈ ਜਿਵੇਂ ਅਨਾਜ ਹੈ ਨੇ ਜਿਵੇਂ ਆਲੂ ਹੈ ਪਿਆਜ਼ ਹੈ ਇਹ ਇਹਨਾਂ ਨੂੰ ਜ਼ਰੂਰੀ ਵਸਤਾਂ ਦੇ ਘੇਰੇ 'ਚੋਂ ਬਾਹਰ ਕੱਢ ਲਿਆ ਜੀ ਜੀ। ਅਤੇ ਨਾਲ ਫਿਰ ਇਹ ਵੀ ਸੀ ਕਿ ਲੋਕਾਂ ਦੇ ਮਨ 'ਚ ਖਦਸ਼ੇ ਪੈਦਾ ਹੋਏ ਕਿ ਜੇ ਬਈ ਘੱਟੋ ਘੱਟ ਸਮਰਥਨ ਮੁੱਲ ਕਿਸਾਨ ਨੂੰ ਮਿਲ ਜਾਂਦਾ ਹੈ ਅਤੇ ਇਹ ਸਾਡਾ ਕੀ ਹੋਏਗਾ ਕਣਕ ਝੋਨੇ ਦਾ ਇਹ ਤਾਂ ਮਾਰੇ ਜਾਵਾਂਗੇ। ਫਿਰ ਇਹ ਗੱਲ ਆਈ ਦਿੱਲੀ ਵਾਲੇ ਪਾਸਿਓਂ ਜਿਵੇਂ ਸੁਣਨ ਸੁਣਾਉਣ ਨੂੰ ਕਿ ਨਹੀਂ ਇਹ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਰਹੇਗਾ। ਜਿਹੜਾ ਹੁਣ ਨਿਤਿਨ ਗਡਕਰੀ ਹੋਰਾਂ ਦਾ ਐਲਾਨ ਹੈ ਅੱਜ ਤੱਕ ਅਖਬਾਰਾਂ 'ਚ ਛਾਇਆ ਹੋਇਆ ਇਹ ਥੋੜ੍ਹਾ ਧਮਕਾਉਣ ਵਾਲਾ ਵੀ ਹੈ ਅਤੇ ਡਰਾਉਣ ਵਾਲਾ ਵੀ ਹੈ ਇਹ ਕੀ ਹੈ? ਦੇਖੋ ਨਿਤਿਨ ਗਡਕਰੀ ਹੋਰਾਂ ਤੋਂ ਪਹਿਲਾਂ ਜਿਹੜੇ ਤਿੰਨ ਆਰਡੀਨੈਂਸਿਸ ਦੀ ਤੁਸੀਂ ਗੱਲ ਕੀਤੀ ਹੈ ਲਗਭਗ ਗੱਲ ਉਹਨਾਂ ਦੇ ਵਿੱਚ ਸਪਸ਼ਟ ਸਾਫ਼ ਹੋ ਹੀ ਗਈ ਸੀ ਕਿ ਸਰਕਾਰ ਨੇ ਹਾਲਾਂਕਿ ਸਾਡੇ ਮੋਦੀ ਸਾਹਿਬ ਨੇ ਤਾਂ ਕਿਹਾ ਮੈਂ ਕਿਸਾਨਾਂ ਨੂੰ ਆਜ਼ਾਦ ਕਰਤਾ ਗੁਲਾਮੀ ਤੋਂ, ਪਤਾ ਨਹੀਂ ਉਹ ਸਮਰਥਨ ਮੁੱਲ ਦੀ ਕਿਹੜੀ ਗੁਲਾਮੀ ਕਿਸ ਤਰੀਕੇ ਉਹਨੂੰ ਦੇਖਦੇ ਸੀਗੇ, ਮੈਂ ਆਜ਼ਾਦ ਕਰ ਦਿੱਤਾ ਹੈ ਅਤੇ ਉਹ ਓਪਨ ਮਾਰਕੀਟ ਦੇ ਵਿੱਚ ਜਿਸ ਤਰੀਕੇ ਆਪਾਂ ਦੇਖਦੇ ਕਿ ਕਾਰਪੋਰੇਟ ਘਰਾਣਿਆਂ ਦੇ ਨਾਲ ਕੰਪੀਟੀਸ਼ਨ ਦੀਆਂ ਗੱਲਾਂ ਆ ਜਾਣਗੀਆਂ, ਛੋਟੀ ਕਿਸਾਨੀ ਦੇ ਹੋਰ ਮਾਰਜਨਲਾਈਜ਼ਡ ਹੋ ਜਾਣ ਦੀਆਂ ਗੱਲਾਂ ਆ ਜਾਣਗੀਆਂ, ਉਹ ਕਿਵੇਂ ਠੇਕੇਦਾਰ ਉਹਨਾਂ ਦੇ ਨਾਲ ਠੇਕੇ ਅਤੇ ਜ਼ਮੀਨਾਂ ਕਿਹਨੂੰ ਦੇਵੇਗੀ, ਕਿਹੜੀਆਂ ਕੰਪਨੀਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਹ ਕਰਨਗੇ ਸਾਰੇ ਛੋਟੇ ਛੋਟੇ ਟੋਲੇ। ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਬਈ ਜਿਹੜਾ ਜ਼ਮੀਦਾਰ ਹੈ ਉਹ ਹੁਣ ਪਾਬੰਦ ਨਹੀਂ ਹੈ ਕਿ ਸਿਰਫ ਪੰਜਾਬ 'ਚ ਫਸਲ ਵੇਚ ਸਕਦਾ, ਉਹ ਕਿਤੇ ਵੀ ਵੇਚ ਸਕਦਾ, ਕਿਸੇ ਨਾਲ ਵੀ ਸਮਝੌਤੇ ਹੋ ਸਕਦੇ, ਮਿਲਦਾ ਬਾਹਰ ਵੇਚ ਲੈ ਬਾਹਰ ਵੇਚ ਸਕਦਾ। ਇਹ ਜਿਹੜੀਆਂ ਵੱਡੀ ਫੀਸਦ ਜਿਹੜੀ ਹੈ ਪੰਜਾਬ ਦੇ ਕਿਸਾਨ ਦੀ ਉਹ ਇੱਕ ਤੇ ਦੋ ਕਿੱਲਿਆਂ ਦੀ ਫਿਰ ਵੱਧ ਤੋਂ ਵੱਧ 5 ਕਿੱਲਿਆਂ ਦੀ ਬਿਲਕੁਲ ਬਿਲਕੁਲ, ਇਹ ਉਹਦੇ ਕੋਲ ਕਿੰਨੀ ਕੁ ਆਜ਼ਾਦੀ ਹੈ ਕਿੰਨੀ ਕੁ ਪਹੁੰਚ ਆ ਉਹਦੀ, ਉਹ ਤੇ ਉਹਦੇ ਤੇ ਵਾਸਤੇ ਗੱਲਾਂ ਹੀ ਹੁੰਦੀਆਂ ਬਿਲਕੁਲ ਨਹੀਂ ਆ, ਬਿਲਕੁਲ ਨਹੀਂ ਆ, ਬਿਲਕੁਲ ਨਹੀਂ ਆ। ਪੰਜਾਬ ਹਰਿਆਣੇ ਔਰ ਅਸੀਂ ਜਿਸ ਤਰੀਕੇ ਦੇ ਨਾਲ ਅਸੀਂ ਅੰਨਦਾਤਾ ਅਨਾਜ ਪੈਦਾ ਕਰਕੇ ਦਿੱਤਾ, ਭੁੱਖੇ ਭਾਰਤ ਦੇ ਪੇਟ 'ਚ ਉਸ ਵੇਲੇ ਅੰਨ ਪਾਇਆ ਔਰ ਅਸੀਂ ਹਾਲਾਂਕਿ ਮੈਂ ਉਹਨੂੰ ਅੰਨੀ ਦੌੜ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਆਪਣੀਆਂ ਜ਼ਮੀਨਾਂ ਬੰਜਰ ਕਰ ਲਈਆਂ, ਪੈਸਟੀਸਾਈਡ ਇਨਸੈਕਟੀਸਾਈਡਸ ਇੰਨਾ ਇਸਤੇਮਾਲ ਕੀਤਾ, ਫਰਟੀਲਾਈਜ਼ਰਸ ਇੰਨਾ, ਅਸੀਂ ਚਾਰ ਚਾਰ ਫਸਲਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਅਸੀਂ ਇੱਕ ਫਸਲ ਲੈਂਦੇ ਸੀ ਅਤੇ 6 ਮਹੀਨੇ ਵਿਹਲੀ ਰੱਖਦੇ ਸੀਗੇ ਔਰ ਅਸੀਂ ਫਸਲੀ ਚੱਕਰ 'ਚ ਫਸ ਗਏ। ਸਭ ਤੋਂ ਵੱਡੀ ਗੱਲ ਜਿਹੜੀ ਹੈ ਮਾਰ ਜਿਹੜੀ ਪੈਣੀ ਹੈ ਉਹ ਫਸਲੀ ਚੱਕਰ ਦੀ ਪੈਣੀ ਹੈ। ਗਡਕਰੀ ਹੋਰਾਂ ਨੇ ਸਪਸ਼ਟ ਕਰਤਾ, ਯੈਸ ਗਡਕਰੀ ਹੋਰਾਂ ਨੇ ਸਪਸ਼ਟ ਕਰ ਦਿੱਤਾ ਆ ਕਿ ਸਮਰਥਨ ਮੁੱਲ ਜਿਹੜਾ ਹੈ ਖੇਤੀ ਜਿਣਸਾਂ ਦੇ ਉੱਤੇ ਝੋਨਾ ਕਣਕ ਦੇ ਉੱਤੇ ਪੰਜਾਬ ਹਰਿਆਣੇ ਨੂੰ ਖਾਸ ਕਰਕੇ ਲੈ ਕੇ ਪਹਿਲੀ ਗੱਲ ਉਹਨਾਂ ਨੇ ਸਪਸ਼ਟ ਕੀਤਾ ਕਿ ਸਾਨੂੰ ਹੁਣ ਅੰਨ ਦੀ ਲੋੜ ਨਹੀਂ ਹੈ, ਸਾਡੇ ਕੋਲ 3-4 ਸਾਲ ਵਾਸਤੇ ਬਹੁਤ ਜ਼ਿਆਦਾ ਅੰਨ ਮੌਜੂਦ ਹੈ, ਨਵੀਂ ਪੈਦਾਵਾਰ ਵੀ ਹੋ ਰਹੀ ਹੁੰਦੀ ਹੈ। ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਵੀ ਪਿੱਛੇ ਛੱਡ ਗਿਆ ਮੱਧ ਪ੍ਰਦੇਸ਼ ਹੁਣ ਇਸੇ ਵਾਰ ਦੇ ਮਾਮਲੇ ਦੇ ਵਿੱਚ, ਕਣਕ ਦੇ ਮਾਮਲੇ ਦੇ ਵਿੱਚ ਪੰਜਾਬ ਨਹੀਂ ਤਾਂ ਸਭ ਤੋਂ ਅੱਗੇ ਸੀਗਾ। ਸੋ ਉਹਨਾਂ ਨੇ ਪਹਿਲੀ ਗੱਲ ਹੱਥ ਖੜੇ ਕਰ ਔਰ ਕਹਿੰਦੇ ਕਿ ਸਾਡੇ ਕੋਲ ਰੱਖਣ ਵਾਸਤੇ ਥਾਂ ਨਹੀਂ ਹੈ, ਗੋਦਾਮ ਨਹੀਂ ਹਨ, ਅਨਾਜ ਗਲਦਾ, ਸਾਡੇ 'ਤੇ ਆਰਥਿਕ ਬੋਝ ਹੈ। ਸਪਸ਼ਟ ਸ਼ਬਦਾਂ 'ਚ ਕਿ ਸਮਰਥਨ ਮੁੱਲ
ਜਿਹੜਾ 50 ਸਾਲ ਤੋਂ ਇੱਕ ਸਿਸਟਮ ਚੱਲ ਰਿਹਾ ਸੀ ਜੀ, ਜਦੋਂ ਦੇਸ਼ ਵਾਕਈ ਭੁੱਖਮਰੀ ਦਾ ਸ਼ਿਕਾਰ ਸੀ ਜੀ, ਔਰ ਜਦੋਂ ਸਾਨੂੰ ਬਾਹਰਲੇ ਮੁਲਕਾਂ ਦਾ ਮੂੰਹ ਵੇਖਣਾ ਪੈਂਦਾ ਸੀ ਜੀ, ਜਦੋਂ ਅਸੀਂ ਕਣਕ ਇੰਪੋਰਟ ਕਰਦੇ ਸੀ, ਉਹਨਾਂ ਸਮਿਆਂ ਦੇ ਵਿੱਚ ਵੱਡੇ ਫੈਸਲੇ ਲੈ ਕੇ ਪੰਜਾਬ ਨੂੰ ਮੋਹਰੀ ਸੂਬਾ ਬਣਾ ਕੇ ਹਰੀ ਕ੍ਰਾਂਤੀ ਦੇ ਨਾਂ ਤੇ, ਇਹ ਜਿਹੜੀ ਗਡਕਰੀ ਸਾਹਿਬ ਹੁਣ ਗੱਲ ਪੇ ਕਰਦੇ ਨੇ, ਉਹ ਕਹਿ ਰਹੇ ਨੇ ਬਈ ਸਮਾਂ ਬਦਲ ਚੁੱਕਿਆ, ਸਰਕਾਰ ਨੂੰ ਹੁਣ ਅਜਿਹੀ ਜ਼ਰੂਰਤ ਨਹੀਂ ਰਹਿ ਗਈ, ਇਸ ਮੁਲਕ ਨੂੰ ਅਜਿਹੀ ਜ਼ਰੂਰਤ ਨਹੀਂ ਰਹਿ ਗਈ, ਹਾਂਜੀ, ਇਸ ਕਣਕ ਦੀ, ਇਸ ਝੋਨੇ ਦੀ, ਖਾਸ ਤੌਰ 'ਤੇ ਇਸ ਕਣਕ ਦੀ, ਔਰ ਕਿਉਂਕਿ ਦੇਸ਼ ਦੇ ਹੋਰ ਸੂਬੇ ਵੀ ਬਹੁਤ ਅੱਗੇ ਆ ਗਏ ਨੇ, ਅਤੇ ਇਹ ਦੇਸ਼ ਦੇ ਅਰਥਚਾਰੇ ਲਈ ਇਹ ਘੱਟੋ ਘੱਟ ਮੂਲ ਕਹਿੰਦਾ ਇੱਕ ਢਾਹ ਹੈ, ਬੋਝ ਹੈ, ਬੋਝ ਹੈ। ਇਹ ਤੇ ਅੱਗੋਂ ਕੀ ਹੋਏਗਾ ਕਿ ਖਾਸ ਤੌਰ 'ਤੇ ਪੰਜਾਬ ਦੇ ਖੇਤਰ ਵਿੱਚ? ਉਹਨਾਂ ਨੇ ਤਾਂ ਸਾਫ 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 ਸ਼ਬਦਾਂ ਦੇ ਵਿੱਚ, ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੇ ਆਰਡੀਨੈਂਸ ਉਹਨਾਂ ਦੇ ਨੇ, ਉਹ ਆਰਡੀਨੈਂਸਾਂ ਦੇ ਵਿੱਚ ਜਿਹੜਾ ਇੱਕ ਥੋੜ੍ਹਾ ਜਿਹਾ ਝੋਲਾ ਜਿਹਾ ਪੈਣ ਡਿਆ ਸੀ, ਇੱਕ ਪਰਦਾ ਜਿਹਾ ਲੱਗਣ ਡਿਆ ਸੀ ਵੀ ਸ਼ਾਇਦ ਉਹ ਸਮਰਥਨ ਮੁੱਲ ਵਾਪਸ ਨਹੀਂ ਲੈਣਗੇ, ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਤਾ ਅੱਜ ਗਡਕਰੀ ਉਹਨਾਂ ਨੇ। ਨਹੀਂ, ਹੁਣ ਗੱਲ ਇਹ ਹੈ ਨਾ ਜੀ, ਦੇਖੋ ਜਿਸ ਤਰ੍ਹਾਂ ਪੰਜਾਬ ਦੇ ਧਰਤੀ ਹੇਠਲਾ ਪਾਣੀ ਪੰਜਾਬ ਦਾ ਬਹੁਤ ਨੀਵੇਂ ਜਾ ਰਿਹਾ, ਅਸੀਂ 80% 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
तो कणक झोने के फसल चक्कर तो बाहर निकलने की गल पे करते हैं मेरे ख्याल दे नाल असी शायद 1% दे कितना मैं तो लगता नहीं असी की हासिल किया टावे टावे जो बहुत तरक्की पसंद किसान है वह कुछ कर लैंदा है क्योंकि इत्थे सरकारां दी रहनुमाई चाहिए जमींदार नूं उह असी 10-20 साल दे विच जिहड़ा फसल मतलब जिहड़ा असी विभिन्नता वाली जिहड़ी फसल की गल करते हैं उहनूं असी वड्डे पद्धर ते हासिल नहीं कर सके समर्थन मुल ओ खोलिया कोई राह नहीं कोई चीजा नहीं देखो संकट पता की है किसान मैं हैरान हां तुसी देखो मैं कोई ये एक पासड़ नहीं बिल्कुल असी कोई पोलीटिकल लोग नहीं हाँ असी तो जेडे पंजाब दे कंसर्न ने जेडे मुद्दे ने जेडे जेडियां पंजाब दे संबंध ने जेडे जेडे उहदे सोशो इकोनॉमिक ने उहदी गल करदा हां तां जदों मैं सरकारां ते देखदा हां ते प्रताप सिंह कैरों तो बाद मैनू एक भी विजनरी मुख्यमंत्री पंजाब कोल नहीं दिंदा लैंड कंसोलीडेशन हुंदी है असी उहदा रिजल्ट फिर हरी क्रांति दे विच देख लैंदे हां तुसी बन लाया जाता है असी उहदा सारा मुड़ के साडे जो उहदे रिजल्ट ने असी उह देख लैंदे हां हरी क्रांति विच पंजाब एग्रीकल्चर यूनिवर्सिटी और जिहड़े खेती दे सेंटर खोले गए सीगे जां हल्दी नूं लैके हुशियारपुर च सेंटर झोने की रिसर्च नूं लैके कपूरथला च सेंटर सब्जियां की रिसर्च नूं लैके रोपड़ च सेंटर है ना तो और वो सारे ने किमें हैंडल करना है किस तरीके एडीओ लाए गए ऑफिसर लाए गए थले तक मटीरियल पहुँचाया गया लिटरेचर पहुँचाया गया चंगी खेती वर्गे मैगजीन कढ़े गए वो सारा कारज जिहड़ा है जिहड़ा हरी क्रांति लई सहाई हुंदा है ते पंजाब दी इकोनमी ग्रो करदी है पंजाब दी इकोनमी ग्रो करदी करदी किथे तक पहुंचदी है फिर वो एक न्यू रिच हुण कारपोरेट गाइड करेगा पंजाब यस नैचुरली और साडी मुड़ के तुसी मैं जिहड़ी गल करना चाहुंदा सीगा कि मुड़ के तुहानू एक भी मुख्यमंत्री यार तुसी किसे विजन तो काम लैके नहीं करना हुंदा प्रताप सिंह कैरों दा खट कीता अज असी खट्टिया खा रहे हां तब मुड़ के इन्हां ने फसली चक्कर की तुसी गल कीती है कि फसली चक्कर तुहानू नहीं पता सीगा एक मौका इहो जिहा भी आऊगा जदों फसली चक्कर चों निकलना लाजमी हो जाएगा 20 साल तो गल्लां चल रही ने फसल चक्कर तो निकलना लाजमी हो जाएगा एक तो गल है सानू जदों असी अपना पानी गवा बैठे हां सारे दा सारा उस तो अलावा सानू इह नज़र आ रहा है कई सालों तो कि हुण पंजाब ते उस तो बाद निरा हरियाणा ही नहीं रह गया अनेक सूबे पूरे सूबे पूरे भारत दे विच खेतीबाड़ी ने है मध्य प्रदेश दी गल कीती है इस वरे हुण जिहड़े 10 साल पहलो सीजन मुक्या कणक दी खरीद दा उच्च नंबर ते पहुंच गया है सानूं बड़े सालां तों नजर आ रहा है कि हुण पंजाब दी पैदावार दी मुल्क नूं ओह जरूरत नहीं रही है नहीं रही है नहीं वो तो हो गई सी गल कि सानू फिर कोई बदलवीं फसल बीजनिया चाहिए जी वो अपने आप नहीं होनी उत्थे रहनुमाई चाहिए है फिर वही गल है जां मिनिमम सपोर्ट प्राइस चाहिए बिल्कुल जे वो नहीं है तो किस तरीके दे नाल और एक तरीका तो दसिया गया है कि भी तुहाडियां
एक अजिही फूड चेन्स पूरी बनन जी कोल्ड चेन्स बनन प्रोसैसिंग प्लांट्स लगन ज़ाहरा तौर पर ਇਹ ਕੰਮ ਪ੍ਰਾਈਵੇਟ ਅਦਾਰੇ ਨਹੀਂ ਕਰਨੇ ਹੁੰਦੇ ਕੰਮ ਡੈਫੀਨਿਟਲੀ ਡੈਫੀਨਿਟਲੀ ਬਟ ਜਿਹੜੀ ਸਵਾਲ ਦੇ ਨਾਲ ਹੈ ਜਦੋਂ ਅਸੀਂ ਪਰਸੈਂਟੇਜ ਦੇਖਦੇ ਆ ਨਾ ਛੋਟੀ ਕਿਸਾਨੀ ਦੀ ਪਰਸੈਂਟੇਜ ਦੇਖਦੇ ਆ ਅਸੀਂ ਤਾਂ ਉਸ ਵੇਲੇ ਸਾਨੂੰ ਅੱਜ ਡਿਜੀਟਲਾਈਜ਼ਡ ਦੀ ਗੱਲ ਕਰਦੇ ਨੇ ਅੱਜ ਐਜੂਕੇਸ਼ਨ ਦੀ ਆਨਲਾਈਨ ਦੀ ਗੱਲ ਕਰਦੇ ਨੇ 67% ਲੋਕਾਂ ਕੋਲ ਅਸੀਂ ਸਸਤਾ ਰਾਸ਼ਨ ਪਹੁੰਚਾਉਣ ਦਾ ਸਾਡਾ ਪ੍ਰੋਜੈਕਟ ਹੈ ਅੰਨ ਪਹੁੰਚਾਉਣ ਦਾ ਪ੍ਰੋਜੈਕਟ ਆ ਇਹਦਾ ਮਤਲਬ 67% ਤਾਂ ਮਾਰਜਨਲਾਈਜ਼ਡ ਹੀ ਨੇ ਨਾ ਆ ਉਹਦੇ ਵਿੱਚ ਇਹ ਕਿਤੇ ਅਸੀਂ ਇਹ ਗੱਲ ਫਿਲਹਾਲ ਸੁਣਦੇ ਪਏ ਹਾਂ ਜਦੋਂ ਪਹਿਲਾਂ ਵੀ ਦੇਖਿਆ ਸੀ ਨਿਤਿਨ ਗਡਕਰੀ ਦਾ ਬਿਆਨ ਆ ਰਿਹਾ ਤਾਂ ਉਹ ਤੋਂ ਥੋੜ੍ਹਾ ਜਿਹਾ ਹੋਰ ਖੌਫ ਪੈਦਾ ਹੋ ਰਿਹਾ ਹੈ ਚਲੋ ਆਪਣੇ ਵੱਲ ਤੋਂ ਸਰਕਾਰ ਦੇਖੋ ਸਰਕਾਰ ਵੀ ਬੜੀ ਕਲੀਅਰ ਹੈ ਉਹਨਾਂ ਨੇ ਫੈਸਲੇ ਕੀਤੇ ਉਹਨਾਂ ਨੇ ਉਹ ਤੇ ਅਮਲ ਕਰਨਾ ਹੈ ਬਿਲਕੁਲ ਕਰਨਾ ਹੈ ਅਮਲ ਕਰਨਾ ਤੇ ਇਹ ਆ ਰਿਹਾ ਸੀ ਬਿਆਨ ਕਿ ਜਿਹੜਾ ਸਰਕਾਰ ਨੇ PDS ਹੈ ਜੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਅਸੀਂ ਆਮ ਲੋਕਾਂ ਦੀ ਪੰਜਾਬੀ ਦੀ ਜ਼ਬਾਨ 'ਚ ਡਿਪੂ ਕਹਿ ਲਈਏ ਡਿਪੂ ਜਿੱਥੇ ਆਮ ਲੋਕਾਂ ਨੂੰ ਸਸਤੇ ਭਾਵਾਂ 'ਤੇ ਅਨਾਜ ਮਿਲਦਾ ਹੈ ਕਿ ਉਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਖਰੀਦ ਅਜੇ ਫਿਲਹਾਲ ਜਾਰੀ ਰਹੇਗੀ MSP ਹਾਂਜੀ ਲੇਕਿਨ ਜਿਸ ਤਰ੍ਹਾਂ ਦੇ ਬਿਆਨ ਆਏ ਨੇ ਉਸ ਤੋਂ ਬੜਾ ਫਿਕਰ ਪੈਦਾ ਕਰਦੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਹੋਰ ਸਿਰ ਜੋੜਨੇ ਪੈਣੇ ਨੇ ਪੰਜਾਬ ਦੇ ਮਾਹਰਾਂ ਨੂੰ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਅਗਾਂਹਵਧੂ ਕਿਸਾਨ ਨੂੰ ਯੈਸ ਇਹ ਮੁੱਦੇ ਛੋਟੇ ਨਹੀਂ ਆ ਮੁੱਖ ਮੰਤਰੀ ਵਾਸਤੇ ਬਹੁਤ ਵੱਡਾ ਮੁੱਦਾ ਹੈ ਬਿਆਨ ਅਕਾਲੀ ਦਲ ਵਾਸਤੇ ਬਹੁਤ ਵੱਡਾ ਮੁੱਦਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣਾ ਪਸਾਰ ਚਾਹੁੰਦੀ ਹੈ ਅਕਾਲੀ ਦਲ ਕਿਹੜੇ ਮੂੰਹ ਲੈ ਕੇ ਜਾਏਗਾ ਅਕਾਲੀ ਦਲ ਇਹਨਾਂ ਆਰਡੀਨੈਂਸ ਬਾਰੇ ਦੇ ਵਿੱਚ ਕਿਹੜਾ ਮੂੰਹ ਲੈ ਕੇ ਬੋਲ ਰਹੇ ਨੇ ਕੋਈ ਬੋਲ ਹੀ ਨਹੀਂ ਉਹ ਚੁੱਪ ਕਰ ਗਏ ਉਹ ਪਰੇ ਨੂੰ ਹੋ ਗਏ ਨੇ ਉਹ ਹੁਣ ਇਹ ਨਿਤਿਨ ਗਡਕਰੀ ਦੇ ਮਾਮਲੇ ਤੇ ਅਕਾਲੀ ਦਲ ਕੀ ਕਰੇਗਾ ਕਿਉਂਕਿ ਭਾਈਵਾਲ ਹੋਏ ਨਾ ਭਾਈਵਾਲ ਨੇ ਤੁਸੀਂ ਤਾਂ ਵਿੱਚ ਬੈਠ ਕੇ ਤੇ ਹਰ ਜਿਹੜੇ ਆਰਡੀਨੈਂਸ ਸਾਈਨ ਹੋਏ ਨੇ ਹਰਸਿਮਰਤ ਬਾਦਲ ਅੱਜ ਛੋਟੇ ਢੀਂਡਸਾ ਹੋਰਾਂ ਦਾ ਬਿਆਨ ਲੱਗਾ ਹੋਇਆ ਵੀ ਹਰਸਿਮਰਤ ਬਾਦਲ ਦੀ ਹਾਜ਼ਰੀ ਹਾਜ਼ਰੀ ਤਾਂ ਹੈ ਹੀ ਉਹ ਤੇ ਹਾਜ਼ਰ ਹੋਣ ਜਾਂ ਨਾ ਹੋਣ ਦਾ ਮਤਲਬ ਹੀ ਕੋਈ ਨਹੀਂ ਹੈ ਤੁਸੀਂ ਗਵਰਨਮੈਂਟ ਦੇ ਵਿੱਚ ਮਿਨਿਸਟਰੀ ਦੇ ਅਹੁਦੇ ਤੇ ਬੈਠੇ ਹੋ ਇੱਕ ਗੱਲ ਬੜੀ ਸਪਸ਼ਟ ਹੈ ਅਸੀਂ ਅਗਲੇ ਮੁੱਦੇ ਵੱਲ ਵਧਣਾ ਹੈ ਇੱਕ ਗੱਲ ਬੜੀ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ 'ਤੇ ਸਿਆਸਤ ਬਹੁਤ ਭਖਣੀ ਹੈ ਸਿਆਸਤ ਭਖਣੀ ਹੈ ਸੰਕਟ ਵਧਣਾ ਆ ਕਿਉਂਕਿ ਜੇ ਮੈਂ ਹਿਸਟਰੀ 'ਤੇ ਛੋਟਾ ਜਿਹਾ ਨਿਗਾਹ ਮਾਰਦਾ ਹਾਂ ਤਾਂ ਅਸੀਂ ਮੈਂਥਾ ਬੀਜ ਕੇ ਦੇਖ ਲਿਆ ਫਸਲੀ ਚੱਕਰ 'ਚੋਂ ਨਿਕਲਣ ਵਾਸਤੇ ਅਸੀਂ ਸੂਰਜਮੁਖੀ ਬੀਜ ਕੇ ਦੇਖ ਲਿਆ ਫਸਲੀ ਚੱਕਰ ਤੋਂ ਨਿਕਲਣ ਵਾਸਤੇ ਉਹ ਸੁਰਜੀਤ ਪਾਤਰ ਹੋਰਾਂ ਨੇ ਇੱਕ ਕਵਿਤਾ ਲਿਖੀ ਸੀ ਵੀ ਚਲੋ ਝੋਨਾ ਤਾਂ ਡਿਸਕਲਰ ਵੀ ਮਾੜਾ ਮੋਟਾ ਵਿਕ ਜਾਏਗਾ ਫੁੱਲ ਤਾਂ ਸਾਨੂੰ ਗੰਗਾ ਹੀ ਤਾਰਨੇ ਪੈਣਗੇ ਕੀ ਬਾਤ ਹੈ ਹੈਨਾ ਸੋ ਅਸੀਂ ਸਾਡਾ ਜਿਹੜਾ ਸਾਡਾ ਵਾਈਟ ਕ੍ਰਾਂਤੀ ਦਾ ਸੁਪਨਾ ਲੈ ਰਹੇ ਸੀਗੇ ਅਸੀਂ ਦੁੱਧ ਦੀ ਕ੍ਰਾਂਤੀ ਦਾ ਸੁਪਨਾ ਲੈ ਰਹੇ ਸੀਗੇ ਪੰਜਾਬ ਬਿਲਕੁਲ ਹਰਿਆਣੇ ਤੋਂ ਵੀ ਬਹੁਤ ਪਿੱਛੇ ਚਲਿਆ ਗਿਆ ਸੋ ਅਸੀਂ ਜਿਹੜਾ ਛੋਟੀ ਕਿਸਾਨੀ ਦਰਮਿਆਨੀ ਕਿਸਾਨੀ ਦੇ ਅਲਟਰਨੇਟ ਦੀ ਗੱਲ ਕਰਦੇ ਸੀਗੇ ਫਸਲੀ ਚੱਕਰ ਦੀ ਗੱਲ ਕਰਦੇ ਸੀਗੇ ਅਸੀਂ ਸਾਡੇ PAU ਨੇ ਸਾਡੇ ਰਿਸਰਚਰਸ ਨੇ ਕੀ ਦਿੱਤਾ ਕੀ ਯਾਰ ਸਾਨੂੰ ਮੇਰਾ ਸਵਾਲ ਇੱਥੇ ਪੈਦਾ ਹੋ ਜਾਂਦਾ ਅਸੀਂ 35 ਦਾਲਾਂ ਪੈਦਾ ਕਰਨ ਵਾਲਾ ਸੂਬਾ ਸੀਗੇ ਅਸੀਂ ਡਿੱਗ ਕਿੱਥੇ ਪਏ ਹਾਂ ਸਾਨੂੰ ਵਿਜ਼ਨਰੀ ਨਾ ਬਿਊਰੋਕਰੇਸੀ ਨੇ ਕੋਈ ਬਾਂਹ ਫੜੀ ਪੰਜਾਬ ਦੀ ਵਿਜ਼ਨ ਦੇ ਤੌਰ 'ਤੇ ਤਾਂ ਕਿ ਉਸ ਕਿਸਾਨੀ ਨੂੰ ਅਸੀਂ ਕੋਈ ਫੂਡ ਪ੍ਰੋਸੈਸਿੰਗ ਯੂਨਿਟ ਹੀ ਨਹੀਂ ਲਾ ਸਕੇ ਅਸੀਂ ਫੂਡ ਪ੍ਰੋਸੈਸ ਕਰਕੇ ਵੇਚਦੇ ਅਸੀਂ ਕਿੰਨੇ ਨੂੰ ਚਿਪਸ ਖਾਂਦੇ ਹਾਂ ਦੇਖੋ ਇਹ ਗੱਲ ਤਾਂ ਉਸ ਪਾਸੇ ਸਰਕਾਰ ਲੈ ਕੇ ਜਾ ਰਹੀ ਹੈ ਪਰ ਉਹ ਸਰਕਾਰ ਹੁਣ ਦੇਖੋ ਜਿਸ ਤਰੀਕੇ ਸਮਰਥਨ ਮੁੱਲ ਤੋਂ ਹੱਥ ਖਿੱਚਿਆ ਆ ਸੂਬੇ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਰਹਿਣੀ ਹੈ ਕਿਸਾਨ ਦੇ ਘਰ 'ਚ ਜੇ ਫਸਲਾਂ ਬਲਦਾ ਹੈ ਨਾ ਯਾ ਉਹ ਇਹਨਾਂ ਦੋਹਾਂ ਫਸਲਾਂ ਦੀ ਕਰਕੇ ਹੀ ਬਲਦਾ ਹੈ ਬਿਲਕੁਲ ਫਸਲ ਵੱਢੀ ਤੇ ਦੂਜਾ ਨਾ ਤੁਸੀਂ ਫਸਲੀ ਚੱਕਰ ਮੈਂ ਕਹਿੰਦਾ ਮਾਫ ਕਰਨਾ ਜੇ ਕਿਸਾਨ ਆਲੂ ਵਗੈਰਾ ਬੀਜ ਲੈਂਦਾ ਹੈ ਯਾ 4 ਸਾਲ ਤੋਂ ਇੱਕ ਵਾਰ ਚੰਗੇ ਪੈਸੇ ਮਿਲ ਜਾਂਦੇ ਆ ਚਲੋ ਅਸੀਂ ਦਰਸ਼ਕਾਂ ਨਾਲ ਇਹ ਮੁੱਦੇ ਬਾਰੇ ਵੱਖ ਵੱਖ ਪਹਿਲੂ ਤੁਸੀਂ ਸਾਂਝੇ ਕਰ ਲਏ ਨੇ ਅਗਲੀ ਗੱਲ ਅਸੀਂ ਕਰਨੀ ਹੈ ਜਿਹੜਾ ਸ਼ੁੱਕਰਵਾਰ ਹੈ ਜੀ ਅੱਜ ਸਵੀਰ ਰਿਕਾਰਡਿੰਗ ਅਸੀਂ ਕਰਦੇ ਹਾਂ ਸ਼ੁੱਕਰਵਾਰ ਪ੍ਰੋਗਰਾਮ ਤੁਹਾਡੇ ਸ਼ਨੀਵਾਰ ਚੱਲਦਾ ਹੈ ਐਡੀਟਿੰਗ ਹੋਣੀ ਉਹਦੀ ਪ੍ਰੋਸੈਸ ਹੈ ਨਿੱਕਾ ਜਿਹਾ ਤੋਂ ਇੱਕ ਦਿਨ ਪਹਿਲਾਂ ਕਰ ਲਈਦਾ ਹੈ ਰਿਕਾਰਡ ਔਰ ਵੀਰਵਾਰ ਦੀ ਮੈਂ ਗੱਲ ਕਰਦਾ ਇੱਕ ਦਿਨ ਪਹਿਲਾਂ ਦੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਵਿਡ ਨੂੰ ਲੈ ਕੇ ਇਸ ਮਹਾਂਮਾਰੀ ਨੂੰ ਲੈ ਕੇ ਲੋਕਡਾਊਨ ਦਾ ਅਸੀਂ ਲੰਮਾ ਪੀਰੀਅਡ ਦੇਖਿਆ ਹੈ ਅਤੇ 1 ਜੂਨ ਤੋਂ ਅਸੀਂ ਇਹਨੂੰ ਅਨਲੋਕ ਦੀ ਗੱਲ ਸਮੁੱਚੇ ਦੇਸ਼ ਵਿੱਚ ਕੀਤੀ ਪੰਜਾਬ ਵਾਸਤੇ ਅਸੀਂ ਲੋਕਡਾਊਨ ਹੀ ਵਰਤਦੇ ਆ ਰਹੇ ਹਾਂ ਜੀ ਕਿਉਂਕਿ ਸਾਡੇ ਇੱਥੇ ਜੀ ਅਜੇ ਵੀ ਰਾਤ ਨੂੰ 9 ਵਜੇ ਤੋਂ ਬਾਅਦ ਆਵਾਜਾਈ ਬੰਦ ਹੈ ਕੁਝ ਖਾਸ ਜ਼ਰੂਰੀਅਤ ਵਾਸਤੇ ਹੀ ਲੋਕ ਬਾਹਰ ਨਿਕਲ ਸਕਦੇ ਨੇ ਜਾਂ ਜ਼ਰੂਰੀ ਸੇਵਾਵਾਂ ਵਾਲੇ ਲੋਕ ਇਹ ਫਿਰ ਜਿਹੜੇ ਫੈਸਲੇ ਲਿੱਤੇ ਸੀ ਸਰਕਾਰ ਨੇ
चार कदम पिछे खिंच ले ने और जिवें केस महामारी दे वधदे पए ने जां अगो वधन दा खदशा खतरा है जी ਅਸੀਂ ਸਿਰਫ ਪੰਜਾਬ ਦੀ ਗੱਲ ਕਰਦੇ ਪਏ ਫਿਰ ਯਾ ਬਿਲਕੁਲ ਬਿਲਕੁਲ ਕਿ ਇਹ ਐਲਾਨ ਜਿਹੜਾ ਨਵੇਂ ਫੈਸਲੇ ਸਰਕਾਰ ਨੇ ਕੀਤੇ ਨੇ ਉਹ ਫੈਸਲਾ ਕੀ ਹੈ ਤੇ ਉਹਦੇ ਅੱਗੇ ਪਿੱਛੇ ਕਹਾਣੀ ਕੀ ਹੈ ਦੇਖੋ ਕਹਾਣੀ ਤਾਂ ਉਹੀ ਹੈ ਲਾਗ ਦੇ ਵਧਣ ਦੀ ਉਹੀ ਕਹਾਣੀ ਹੈ ਅਸੀਂ ਦੁੱਗਣੇ ਹੁੰਦੇ ਸੀਗੇ 22 ਦਿਨਾਂ ਦੇ ਵਿੱਚ ਸਾਡੇ ਮਰੀਜ਼ ਤੇ ਹੁਣ 10 ਦਿਨਾਂ ਦੇ ਵਿੱਚ ਹੋਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਨੇ ਹੀ ਕਸਰ ਐਨੂੰ ਕੱਢ ਦਿੱਤੀ ਹੈ ਜਿਸ ਤਰੀਕੇ ਦੇ 500 ਤੋਂ ਟੱਪ ਗਏ ਨੇ ਤੇ ਇਸੇ ਤਰ੍ਹਾਂ ਜਲੰਧਰ ਲੁਧਿਆਣਾ ਪਟਿਆਲਾ ਦਰਸ਼ਕ ਜਾਣਦੇ ਨੇ ਜਿਹੜਾ ਵਰਲਡ ਸਿਟੀ ਹੈ ਅੰਮ੍ਰਿਤਸਰ ਦਾ ਸ਼੍ਰੀ ਦਰਬਾਰ ਸਾਹਿਬ ਉੱਥੇ ਸਥਿਤ ਹੈ ਜੀ ਤੇ ਜਿਹੜਾ ਸਾਡਾ ਇਹ ਵਰਲਡ ਸਿਟੀ ਹੈ ਅੰਮ੍ਰਿਤਸਰ ਦਾ ਚਾਰ ਦੀਵਾਰੀ ਦੇ ਅੰਦਰ ਵਸਿਆ ਪੁਰਾਣਾ ਸ਼ਹਿਰ ਹੈ ਜਾ ਉਰੇ 3 ਦਿਨ ਪਹਿਲਾਂ 10 ਕੁ ਮੁਹੱਲਿਆਂ ਦੀ ਖਬਰ ਆ ਗਈ ਸੀ ਜਿਹੜੇ ਕੰਟੇਨਮੈਂਟ ਜ਼ੋਨ ਬਣ ਗਏ ਮਤਲਬ ਜਿੱਥੇ ਆਵਾਜਾਈ ਬੰਦ ਯੈਸ ਹੋਰ ਸੈਕਿੰਡ ਕੰਟੇਨਮੈਂਟ ਜ਼ੋਨ ਵੀ ਸੋਚਦੇ ਪਏ ਨੇ ਜਿਸ ਤਰ੍ਹਾਂ ਬਿਲਕੁਲ ਬਿਲਕੁਲ ਔਰ ਜੋ ਕਿਉਂਕਿ ਸਾਡੇ ਕੋਲ ਦਿੱਲੀ ਤੋਂ ਬਹੁਤ ਜ਼ਿਆਦਾ ਆਵਾਜਾਈ ਹੈ ਤਾਂ ਦਿੱਲੀ ਦੇ ਵਿੱਚ ਜੋ ਆਫਤ ਆਈ ਹੋਈ ਹੈ ਜੋ 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 ਜਿਸ ਤਰੀਕੇ ਦੀ ਬਿਮਾਰੀ ਨੂੰ ਲੈ ਕੇ ਮੈਂ ਕਰਦਾ ਉੱਥੇ ਦੀ ਪੋਲੀਟਿਕਸ 'ਤੇ ਆਪਾਂ ਨਾ ਵੀ ਜਾਈਏ ਤਾਂ ਉਹ ਸਾਰੀ ਦੀ ਸਾਰੀ ਡਰਾਉਣ ਵਾਲੀ ਹੈ ਸੋ ਉਹਦੇ ਮੱਦੇਨਜ਼ਰ ਬਹੁਤ ਸਖ਼ਤ DGP ਦਿਨਕਰ ਗੁਪਤਾ ਹੋਰਾਂ ਨੂੰ ਮੁੱਖ ਮੰਤਰੀ ਹੋਣਾ ਨੇ ਜੋ ਜੋ ਅੱਜ ਦੀ ਪ੍ਰੈਸ ਦੇ ਵਿੱਚ ਆਇਆ ਹੋਇਆ ਹੈ ਬਿਆਨ ਆਇਆ ਹੈ ਕਿ ਪਹਿਲੀ ਗੱਲ ਤਾਂ ਸ਼ਨਿਚਰ ਐਤਵਾਰ ਮੁਕੰਮਲ ਲੋਕਡਾਊਨ ਬਹੁਤ ਹੀ ਜ਼ਿਆਦਾ ਸਖਤੀ ਦੇ ਨਾਲ ਜੇ ਕਿਸੇ ਨੇ ਬਾਹਰ ਨਿਕਲਣਾ ਤਾਂ ਉਹ ਆਪਣਾ ਈ ਪਾਸ ਉੱਥੋਂ ਡਾਊਨਲੋਡ ਕਰੇਗਾ ਉਹਦਾ ਪ੍ਰਿੰਟ ਕੱਢ ਕੇ ਨਾਲ ਲੈ ਕੇ ਆਏਗਾ ਤਾਂ ਉਹ ਕਿਤੇ ਨਾ ਕਿਤੇ ਕੋਈ ਵੀ ਉਹ ਵੀ ਐਮਰਜੈਂਸੀ ਵਾਲਾ ਮਾਮਲਾ ਵਿਚਾਰੇ ਨੂੰ ਕਿਉਂਕਿ ਨਾਲ ਲੀਹਾਂ ਤੇ ਪਾਉਣਾ ਹੈ ਯੈਸ ਇਹ ਵੀ ਨਾਲ ਦੱਸਿਆ ਕਿ ਕਾਰਖਾਨੇ ਖੁੱਲੇ ਰਹਿਣਗੇ ਯਾਰ ਮੈਨੂੰ ਉਹ ਲੱਗਦਾ ਕਿ ਤੇ ਜਿੱਦਾਂ ਹੁਣ ਬੇਪਰਵਾਹ ਹੋ ਕੇ ਲੋਕਾਂ ਨੇ ਬਹੁਤ ਵੱਡੀਆਂ ਆਜ਼ਾਦੀਆਂ ਥੋੜਾ ਇਹਤਿਆਤ ਤੋਂ ਬਾਹਰੇ ਹੋਏ ਮੈਨੂੰ ਲੱਗਦਾ ਕਿ ਇਹ ਸਰਕਾਰ ਕਿਤੇ ਕੋਸ਼ਿਸ਼ ਕਰਦੀ ਪਈ ਹੈ ਕਿ ਜੇ 100 ਬੰਦਿਆਂ ਨੇ ਬਾਹਰ ਨਿਕਲਦੇ ਨੇ ਜਾਂ ਨਿਕਲਦੇ ਨੇ ਤਾਂ ਉਹ ਜਿੱਦਾਂ ਹੁਣ ਕਾਰਖਾਨੇ 'ਚ ਜਾਣਾ ਵੀ ਕੰਮ ਵੀ ਕਰਨਾ ਬਿਲਕੁਲ ਉਹਦੇ ਵੀ ਰੁਪਈਆ ਵੀ ਚੱਲਣਾ ਚਾਹੀਦਾ ਬਿਲਕੁਲ ਬਿਲਕੁਲ ਉਹ ਜਿਵੇਂ 25-35 ਬੰਦੇ ਆਣ ਬਾਹਰ ਯਾ ਅੱਗੇ ਵੀ 30% ਦੇ ਉਹਦੇ ਨਾਲ ਫਾਸਲਿਆਂ ਦੀ ਗੱਲ ਵੀ ਉਹ ਸਾਰੇ ਕਿਤੇ ਇਸ ਕਮਰੇ ਦੇ ਵਿੱਚ ਜਿਹੜਾ ਮੰਨ ਲਓ 20x20 ਦਾ ਹੈ ਜੀ ਕਿਤੇ ਇੱਥੇ 6 ਬੰਦੇ ਬੈਠ ਕੇ ਕੰਮ ਕਰਦੇ ਪਏ ਕਿਤੇ ਇੱਥੇ 16 ਬੈਠ ਕੇ ਫਰਕ ਤਾਂ ਪੈ ਗਿਆ ਬਿਲਕੁਲ ਬਿਲਕੁਲ ਮਕਸਦ ਉਹੀ ਹੈ ਬਿਲਕੁਲ ਉਹੀ ਹੈ ਦੇਖਿਆ ਵੀ ਲੋਕਾਂ ਦਾ ਵਤੀਰਾ ਵੀ ਕੁਝ ਗੈਰ ਜ਼ਿੰਮੇਦਾਰਾਂ ਦਾ ਅਸੀਂ ਦੇਖਿਆ ਐਵਰੀਵੇਅਰ ਅਸੀਂ ਪ੍ਰਵਾਸੀ ਮਜ਼ਦੂਰਾਂ ਵਾਲੀ ਗੱਲ ਨਹੀਂ ਇੱਥੇ ਕਰਨੀ ਹੈ ਉਹ ਦੁਖਾਂਤ ਸੀ ਜੋ ਵਾਪਰ ਰਿਹਾ ਹੈ ਉਹ ਘੋਰ ਦੁਖਾਂਤ ਹੈ ਪਰ ਅਸੀਂ ਆਮ ਲੋਕਾਂ ਦੀ ਜਦੋਂ ਗੱਲ ਕਰਦੇ ਹਾਂ ਉਹਨਾਂ ਨੇ ਮਾਸਕ ਤੋਂ ਵੀ ਕੰਨੀ ਕਤਰਾਈ ਉਹਨਾਂ ਨੇ ਦੂਰੀ ਬਣਾਉਣ ਤੋਂ ਵੀ ਕੰਨੀ ਕਤਰਾਈ ਉਹਨੇ ਸੈਨੀਟਾਈਜ਼ ਹੱਥ ਧੋਣ ਤੋਂ ਵੀ ਕੰਨੀ ਕਤਰਾਈ ਸਾਨੂੰ ਸਾਫ਼ ਨਜ਼ਰ ਆਇਆ ਸੀ ਬਾਜ਼ਾਰਾਂ ਦੇ ਵਿੱਚ ਇੱਕ ਦੂਜੇ ਦੀ ਦਲੀ 'ਤੇ ਮੜੀ ਮੁੱਦਾ ਹੈ ਜਦੋਂ ਅਸੀਂ ਇਹਦੀ ਗੱਲ ਕਰਾਂਗੇ ਕੋਈ ਬੰਦਾ ਇਟਲੀ 'ਚ ਬੈਠਾ ਜੀ ਕੈਨੇਡਾ 'ਚ ਬੈਠਾ ਅਮੈਰੀਕਾ 'ਚ ਬੈਠਾ UK 'ਚ ਬੈਠਾ ਜਰਮਨ ਫਰਾਂਸ 'ਚ ਬੈਠਾ ਹੋਇਆ ਜੀ ਹਰ ਕਿਸੇ ਨੇ ਇਸ ਬਿਮਾਰੀ ਦੇ ਇਸ ਮਹਾਮਾਰੀ ਦੀ ਮਾਰ ਦੇ ਕਿੰਨੇ ਵੱਡੇ ਨੁਕਸਾਨ ਹੋ ਸਕਦੇ ਨੇ ਕਿਸੇ ਇੱਕ ਇੰਡੀਵਿਜੂਅਲ ਨੂੰ ਡੈਫੀਨੇਟਲੀ ਇੱਕ ਦੇ ਬਾਅਦ ਫਿਰ 100 ਦੇ ਹਜ਼ਾਰ ਦੇ ਲੱਖ ਅਸੀਂ ਗਿਣਤੀ ਕਰੀ ਜਾ ਰਹੇ ਹੋ ਤਾਂ ਕੁਝ ਵੀ ਨਹੀਂ ਕਰਦੇ ਲਾਸ਼ਾਂ ਦੀ ਗਿਣਤੀ ਕਰ ਰਹੇ ਹਾਂ ਲਾਸ਼ਾਂ ਦੀ ਗਿਣਤੀ ਕਰ ਰਹੇ ਹਾਂ ਅਸੀਂ ਬਿਲਕੁਲ ਬਿਲਕੁਲ ਤੁਸੀਂ ਦੇਖੋ ਨਾ 20 ਲੱਖ ਨੂੰ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਦੇਖੀਏ ਨਾ ਹੁਣ ਕੇਸ 21 ਲੱਖ ਦੇ ਕੋਲ ਪਹੁੰਚਦੇ ਪਏ ਨੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ 30% ਦੇ ਆਸ ਪਾਸ ਦੁਨੀਆ ਦੇ ਵਿੱਚ ਕੇਸ ਜਿਹੜੇ ਨੇ ਉਹ 72-74 ਲੱਖ ਵੱਲ ਪਾਸੇ ਕਰੋੜਾਂ ਦੇ ਪਾਸੇ ਜਾ ਰਹੇ ਬਿਲਕੁਲ 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 ਔਰ ਮੌਤਾਂ ਦੀ ਗਿਣਤੀ ਵੀ ਆਲੇ ਦੁਆਲੇ ਜੇ ਅਸੀਂ ਦੇਖਦੇ ਹਾਂ ਤਾਂ ਥੋੜਾ ਜਿਹਾ ਭਾਰਤ ਦੇਖੋ ਤੁਸੀਂ ਬ੍ਰਾਜ਼ੀਲ ਦੇ ਬਾਅਦ ਚੌਥਾ ਮੁਲਕ ਬਣ ਜਾ ਰਿਹਾ ਔਰ ਜਿਹੜਾ 10-15 ਦਿਨ ਅਸੀਂ 7ਵੇਂ-8ਵੇਂ ਨੰਬਰ ਦੇ ਉੱਤੇ ਸੀਗੇ ਹਾਂਜੀ ਮਤਲਬ ਕੇਸਾਂ ਦੀ ਗਿਣਤੀ ਨੂੰ ਕੇਸਾਂ ਦੀ ਗਿਣਤੀ ਨੂੰ ਲੈ ਕੇ ਹਾਲਾਂਕਿ ਮੌਤ ਤੋਂ ਥੋੜਾ ਜਿਹਾ ਸਾਡੇ ਮੌਤਾਂ ਜਿਹੜੀਆਂ ਨੇ ਉਹ ਮਤਲਬ 10,000 ਨੂੰ ਟੱਚ ਕਰ ਰਹੀਆਂ ਨੇ ਜੀ ਬ੍ਰਾਜ਼ੀਲ ਨੇ ਇਹ 40,000 ਦੀ ਗਿਣਤੀ ਦਾ ਅੰਕੜਾ ਪਾਰ ਕਰ ਲਿਆ ਹੋਇਆ ਬੜਾ ਦੁਖਦਾਈ ਹੈ ਦੁਖਦਾਈ ਹੈ ਮਾਨ ਵੀ ਔਰ ਪਰ ਸਾਡੇ ਲਈ ਦੁਖਦਾਈ ਇਹ ਵੀ ਹੈ ਨਾ ਕਿ ਸਾਡੇ ਇੱਕ ਦਿਨ ਦੇ ਵਿੱਚ ਕੱਲ੍ਹ ਦੇ ਰਿਕਾਰਡ ਮੁਤਾਬਕ 10,000 ਦੇ ਕਰੀਬ ਤੁਹਾਨੂੰ ਪੋਜ਼ਿਟਿਵ ਕੇਸਿਸ ਜਿਹੜੇ ਤੁਹਾਨੂੰ ਰਿਪੋਰਟ ਹੋ ਗਏ ਨੇ ਔਰ ਜੋ ਦਿੱਲੀ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਜਿਸ ਤਰੀਕੇ ਦੇਖੋ ਨਾ ਜਿਹੜੀ ਟਕਰਾਅ ਦੀ ਗੱਲ ਇੱਕ ਵੱਖਰੀ ਚੱਲਦੀ ਪਈ ਹੈ ਹਸਪਤਾਲਾਂ ਦੇ ਇਸਤੇਮਾਲ ਨੂੰ ਲੈ ਕੇ ਸੈਂਟਰਲ ਗਵਰਨਮੈਂਟ ਕੁਛ ਆਖ ਰਹੀ ਹੈ ਕੇਜਰੀਵਾਲ ਸਾਹਿਬ ਕੁਛ ਆਖ ਰਹੇ ਨੇ ਔਰ ਜਿਹੜਾ ਉਪ ਮੁੱਖ ਮੰਤਰੀ ਸਿਸੋਦੀਆ ਹੋਰੀ ਜਿਹੜਾ ਉਹਨਾਂ ਨੇ ਦੋ ਦਿਨ ਪਹਿਲਾਂ ਸਿਸੋਦੀਆ ਹੋਰਾਂ ਨੇ ਪ੍ਰੈਸ ਨੂੰ ਰਿਲੀਜ਼ ਕੀਤਾ ਜੀ ਉਹ ਤਾਂ ਉਹ ਤੇ ਪਤਾ ਨਹੀਂ ਜੀ ਉਹ ਕੀ ਖੌਫਨਾਕ ਹੈ ਖੌਫਨਾਕ ਹੈ ਜੁਲਾਈ ਅਗਸਤ ਤੱਕ 5 ਲੱਖ ਦਾ ਅੰਕੜਾ ਦੱਸਣ ਡਿਆ ਸੀ ਉਹ ਸ਼ਾਇਦ ਇੱਥੇ ਵੀ ਜਦੋਂ BJP ਵਾਲੇ ਕਹਿ ਰਹੇ ਕਿ ਕੇਜਰੀਵਾਲ ਹੋਰੀ ਸਰਕਾਰ ਉਹਨਾਂ ਦੀ ਸਿਆਸਤ ਕਰ ਰਹੀ ਹੈ ਉਹ ਕਹਿ ਰਹੇ ਕਿ ਇਹ ਸਿਆਸਤ ਕਰਦੇ ਪਏ ਕਿ ਇਹ ਸੱਚੀ ਮੁੱਚੀ ਜਿਹੜਾ ਅੰਕੜਾ ਪੇਸ਼ ਕੀਤਾ ਹੈ ਕਿ ਜਿਹੜਾ ਇੰਨਾ ਹੌਲਨਾਕ ਮੰਜ਼ਰ ਪੇਸ਼ ਕਰਦਾ ਹੈ ਕਿ ਸੱਚੀ ਮੁੱਚੀ ਇਹ ਹੈ ਕਿ ਫਿਰ ਇਹ ਦਿੱਲੀ ਵਾਲਿਆਂ ਨੂੰ
अपने हक विच करन वास्ते एक आंकड़ा पेश करके उन्होंने फिर कितने बाजी देखो देखो ये डिबेटेबल हो सकता है पर इट्स डिबेटेबल क्योंकि पोलिटिकलाइज्ड किया बीजेपी ने उन्होंने हस्पतालों नूं लैके कि दिल्ली दे विच सिर्फ दिल्ली दे पेशेंट दिल्ली दे हस्पतालों च दिल्ली दे पेशेंट ही केजरीवाल होरां ने और वैसे एक शुक्रगुजार थैंक्स गॉड केजरीवाल होर बीमार चल रहे थे पिछले दिन ही बट उन्हों का जो टेस्ट हो टेस्ट होया है वह नैगेटिव या आम आदमी पार्टी भी राहत वाली है चलो लीडरशिप है एक लड़न वाली लीडरशिप है तो सानू भी कितने ना कि असी केस हो चुके हुए क्योंकि जिस तरह गिणते हैं भी कितने ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ 22 ਦੀ ਬਜਾਏ 10 ਦਿਨਾਂ 'ਚ ਕੇਸ ਡਬਲ ਹੋ ਰਹੇ ਨੇ ਉਸੇ ਤਰ੍ਹਾਂ ਜੇ ਉੱਥੇ 10 ਦਿਨਾਂ 'ਚ ਹੁੰਦੇ ਨੇ ਮਤਲਬ ਉਹ ਇਹ ਕਹਿ ਰਹੇ ਨੇ ਸਿਸੋਦੀਆ ਸਾਹਿਬ ਕਿ ਜੂਨ ਦੀ 30 ਤਰੀਕ ਤੱਕ ਇਹ ਗਿਣਤੀ 1 ਲੱਖ ਹੋ ਜਾਏਗੀ ਅਤੇ ਜੁਲਾਈ ਦੀ 30 ਤਰੀਕ ਤੱਕ 5.5 ਲੱਖ ਹੋ ਜਾਏਗਾ ਸਿਰਫ ਦਿੱਲੀ ਦੇ ਵਿੱਚ ਬਿਲਕੁਲ ਬਿਲਕੁਲ ਸੋ ਉਹ ਸਾਰੀ ਦੇ ਮੱਦੇਨਜ਼ਰ ਵੀ ਪੰਜਾਬ ਦੇ ਬਾਰਡਰ ਨੂੰ ਵੀ ਸਖ਼ਤ ਹਦਾਇਤਾਂ ਕੀਤੀਆਂ ਨੇ ਸੀਐਮ ਸਾਡੇ ਪੰਜਾਬ ਦੇ ਸੀਐਮ ਕਿ ਦਿੱਲੀ ਤੋਂ ਐਂਟਰੀ ਵਾਲਿਆਂ ਨੂੰ ਕਿਸ ਤਰੀਕੇ ਦੇ ਨਾਲ ਕੋਵਿਡ ਦਾ ਸਰਟੀਫਿਕੇਟ ਹੋਵੇ ਉਹਨਾਂ ਕੋਲ ਜਾਂ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋਣਗੀਆਂ ਲੋਕਾਂ ਨੂੰ ਕਾਲੀ ਜੀ ਇਹ ਰਿਹਾ ਹੈ ਕਿ ਗੱਲ ਨਾ ਡਰਨ ਦੀ ਹੈ ਨਾ ਡਰਾਉਣ ਦੀ ਹੈ ਪਰ ਇਹ ਗੱਲ ਦੀ ਸੱਚਾਈ ਇਹੋ ਜਿਹੀ ਹੈ ਕਿ ਮੁਲਕ ਦੇ ਹਾਲਾਤ ਜਿੱਥੋਂ ਤੱਕ ਕੋਵਿਡ ਦਾ ਤਿਲਕ ਹੈ ਇਹ ਅਸੀਂ ਅਜੇ ਸਿਖਰ ਵੇਖਣੀ ਹੈ ਸਾਰੇ ਜਾਣਦੇ ਨੇ ਡਾਕਟਰ ਸਾਨੂੰ ਦੱਸ ਹੀ ਰਹੇ ਨੇ ਇਹ ਹਾਲਾਤ ਨਾ ਵਿਗੜਨ ਵਾਲੇ ਪਾਸੇ ਵਧਣੇ ਨੇ ਆਲ ਵਰਲਡ ਦੇ ਵਿੱਚ ਜੋ ਸਾਨੂੰ ਡਾਕਟਰਸ ਦੱਸ ਰਹੇ ਨੇ ਔਰ ਉਹਦੇ ਵਿੱਚ ਸਾਡੇ ਕੋਲ ਸਿਰਫ ਤੇ ਸਿਰਫ ਅਹਿਤਿਆਤ ਹੈ ਜੋ ਅਸੀਂ ਰੱਖ ਸਕਦੇ ਅਦਰਵਾਈਜ਼ ਕੋਈ ਮੈਡੀਸਨ ਨਹੀਂ ਹੈ ਤੁਸੀਂ ਦੇਖੋ ਨਾ ਅੱਛਾ ਫਿਰ ਸੈਕਿੰਡ ਇਹ ਆ ਮੈਂ ਸੈਂਟਰ ਗੌਰਮੈਂਟ ਦਾ ਫਿਰ ਕਰ ਨਿੱਜੀ ਹੋਸਪਿਟਲ ਵਾਲਿਆਂ ਨੇ ਪਾਸਾ ਹੀ ਵੱਟਿਆ ਹੋਇਆ ਧਿਆਨ ਨਹੀਂ ਦੇ ਰਹੇ ਜਾਂ ਜੇ ਕੋਈ ਕਰ ਰਹੇ ਨੇ ਤਾਂ ਉਹ ਇਲਾਜ ਇੰਨੇ ਮਹਿੰਗੇ ਨੇ 10-10, 20-20 ਲੱਖ 4-4 ਦਿਨ ਦਾ 50-50 ਲੱਖ ਰੁਪਈਆ ਵੱਖ ਵੱਖ ਥਾਵਾਂ ਤੋਂ ਮੁੰਬਈ ਤੋਂ ਦਿੱਲੀ ਤੋਂ ਹੈਦਰਾਬਾਦ ਤੋਂ ਹੋਰ ਆਲੇ ਦੁਆਲੇ ਇਹੋ ਜਿਹੀਆਂ ਰਿਪੋਰਟਿੰਗਸ ਆਈਆਂ ਨੇ ਕਿ 20-20 ਲੱਖ ਰੁਪਈਆ ਉਸ ਪੇਸ਼ੈਂਟ ਦਾ ਜਿਹੜਾ ਕਰੋਨਾ ਦਾ ਪੇਸ਼ੈਂਟ ਹੈ ਲਿਆ ਜਾ ਰਿਹਾ ਨਿੱਜੀ ਹਸਪਤਾਲਾਂ ਵੱਲੋਂ ਹੁਣ ਤੱਕ ਤੇ ਉਹੀ ਸੁਣਦੇ ਆ ਰਹੇ ਨੇ ਕਿ ਇਹ ਕਰੋਨਾ ਦਾ ਇਲਾਜ ਜੋ ਹੈ ਇਹ ਸਰਕਾਰੀ ਹਸਪਤਾਲਾਂ 'ਚ ਹੀ ਹੋਣਾ ਅਤੇ ਫਿਰ ਇਹ ਗੱਲ ਚੱਲੀ ਭਾਈ ਇੰਨਾ ਵੱਡਾ ਤੰਤਰ ਹੈ ਪ੍ਰਾਈਵੇਟ ਹੋਸਪਿਟਲਸ ਦਾ ਜਿਵੇਂ ਦਿੱਲੀ ਸਿਰਫ ਕਮਾਈ ਕਰਨ ਵਾਲੇ ਆ ਦਿੱਲੀ ਵਾਲਿਆਂ ਨੇ ਕਾਫੀ ਹੋਸਪਿਟਲ ਆਪਣੇ ਦਾਇਰੇ 'ਚ ਲੈ ਲਏ ਕੇਜਰੀਵਾਲ ਨੇ ਤਾੜਨਾ ਕੀਤੀ ਭਾਈ ਬੰਦੇ ਦੇ ਪੁੱਤ ਬਣ ਬਿਲਕੁਲ ਬਿਲਕੁਲ ਅਤੇ ਵਰਨਾ ਫਿਰ ਸਖਤੀਆਂ ਬਹੁਤ ਕਰੇਗੀ ਸਰਕਾਰ ਅਤੇ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਇਸ ਮਹਾਂਮਾਰੀ ਦਾ ਸ਼ਿਕਾਰ ਹੋਏ ਦੇ ਅਸੀਂ ਔਰ ਇਹਨੇ ਕਾਫੀ ਦਿਨ ਮਹੀਨੇ ਲੈਣੇ ਆ ਅਜੇ ਜਾਂ ਬਿਲਕੁਲ ਹਾਂਜੀ ਅਜੇ ਤਾਂ ਵੱਧ ਰਹੀ ਹੈ ਅਜੇ ਤਾਂ ਵੱਧ ਰਹੀ ਹੈ ਐਡਾ ਵੱਡਾ ਤੰਤਰ ਹੈ ਖਾਸ ਤੌਰ ਤੇ ਸਾਡੇ ਕੋਲ ਅਨੇਕ ਉਹੋ ਜਿਹੇ ਪ੍ਰਾਈਵੇਟ ਹਸਪੀਟਲ ਨੇ ਜਿਨ੍ਹਾਂ ਨੂੰ ਕਫੈਤੀ ਭਾਵਾਂ ਤੇ ਜ਼ਮੀਨਾਂ ਦਿੱਤੀਆਂ ਗਈਆਂ ਬਿਲਕੁਲ ਬਿਲਕੁਲ ਲੀਜ਼ ਦੇ ਉੱਤੇ 99 ਸਾਲ ਆਇਆ 1-1 ਰੁਪਈਆ ਲੀਜ਼ ਦੇ ਉੱਤੇ ਵੱਡੇ ਵੱਡੇ ਇਸ ਦਾਇਰੇ ਦੇ ਵਿੱਚ ਬਹਿ ਕੇ ਆਣਾ ਔਰ ਉਹਨਾਂ ਦੇ ਉੱਪਰ ਪੂਰੀ ਨਿਗਾਹ ਰੱਖ ਕੇ ਇੱਕ ਸੀਮਤ ਤਰੀਕੇ ਦੇ ਨਾਲ ਪੈਸਿਆਂ ਮਤਲਬ ਸੀਮਤ ਕੀਮਤ ਤੇ ਇਲਾਜ ਕਰਵਾਉਣਾ ਜਿਹੜੇ ਵਿੱਚ ਜੇ ਉਹਨਾਂ ਨੇ ਐਨੇ ਵੱਡੇ ਨਫੇ ਲਏ ਨੇ ਤੇ ਇਸ ਮੁਸ਼ਕਲ ਦੇ ਦੌਰ ਦੇ ਵਿੱਚ ਕਿਤੇ ਫੁੱਲੀ ਜਵਾਬਦੇਹੀ ਤਾਂ ਹੋਣਾ ਕੋਈ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ ਨਾ ਮੈਂ ਤਾਂ ਸੈਂਟਰ ਗੌਰਮੈਂਟ ਦੇ ਮੈਂ ਹੈਰਾਨ ਹਾਂ ਮੈਂ ਕਿਤੇ ਹੋਰ ਵੀ ਡਿਸਕਸ ਕਰ ਰਿਹਾ ਸੀ ਕਿ ਭਾਈ ਸਾਡੇ ਕੋਲ ਸਾਡੀ ਫੌਜ ਕੋਲ ਸਾਡੀ ਹਵਾਈ ਸੈਨਾ ਕੋਲ ਜਲ ਸੈਨਾ ਕੋਲ ਸਾਡੀ IDPP ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਕੋਲ ਕਿੰਨਾ ਸਿਹਤ ਸਹੂਲਤਾਂ ਦਾ ਮਤਲਬ ਇਨਫਰਾਸਟ੍ਰਕਚਰ ਹੈ ਇੱਕ ਢਾਂਚਾ ਹੈ ਪ੍ਰੋਪਰ ਢਾਂਚਾ ਹੈ ਮੈਨੂੰ ਨਹੀਂ ਲੱਗਾ ਕਿਤੇ ਸੈਂਟਰ ਗੌਰਮੈਂਟ ਨੇ ਉਸ ਢਾਂਚੇ ਦਾ ਕਿਤੇ ਇਸਤੇਮਾਲ ਕਿਸੇ ਸੂਬੇ ਦੇ ਵਿੱਚ ਜਾਂ ਜਿੱਥੇ ਕੋਈ ਸੰਕਟ ਬਹੁਤ ਜ਼ਿਆਦਾ ਜਿੱਦਾਂ ਮੁੰਬਈ ਹੈ ਜਾਂ ਦਿੱਲੀ ਹੈ ਬਹੁਤ ਜ਼ਿਆਦਾ ਸੰਕਟ ਗਹਿਰੇ ਹੋਏ ਪਏ ਨੇ ਉੱਥੇ ਕਿਤੇ ਵੀ ਸੈਂਟਰ ਗੌਰਮੈਂਟ ਨੇ ਆਪਣਾ ਬਣਦਾ ਫਰਜ਼ ਵੀ ਨਿਭਾਇਆ ਹੋਵੇ ਪ੍ਰਾਈਵੇਟ ਹਸਪੀਟਲ ਨੂੰ ਲੈ ਕੇ ਵੀ ਕਿਉਂ ਨਹੀਂ ਸਰਕਾਰਾਂ ਜਿਹੜੀ ਦਖਲ ਦੇ ਸਕਦੀਆਂ ਮੁੱਦਾ ਹੀ ਇਹੋ ਜਿਹਾ ਹੈ ਜੀ ਟੋਪਿਕ ਇਹੋ ਜਿਹਾ ਹੈ ਕਿ ਗੱਲ ਬਲੋਬਦੀ ਗੰਭੀਰ ਹੋ ਜਾਂਦੀ ਹੈ ਉਹ ਲੱਗਦਾ ਕਿ ਜਿਵੇਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਕਿ ਕੋਈ ਡਰਾਉਣ ਦੇ ਸਾਧਨ ਜੁਟਾ ਰਹੇ ਹਾਂ ਮਕਸਦ ਬਿਲਕੁਲ ਨਹੀਂ ਹੈ ਤੋ ਮੈਂ ਪਿੱਛੇ ਇਹ ਗੱਲ ਇਸ਼ੂ ਗੰਭੀਰ ਹੈ ਮੈਂ ਪਿੱਛੇ ਗੱਲ ਕਰਨ ਲੱਗਾ ਕਿ ਜਿਸ ਤਰ੍ਹਾਂ ਕਾਰੋਬਾਰ ਵੀ ਖੋਲੇ ਗਏ ਇਹ ਭਾਈ ਸਾਰਾ ਕੁਛ ਰੁਕ ਗਿਆ ਸੀ ਰੋਟੀ ਰੋਜ਼ੀ ਦੇ ਲਾਲੇ ਪਏ ਹੋਏ ਨੇ ਅਸੀਂ ਚਲੋ ਗੱਲ ਨਹੀਂ ਜਾ ਰਹੇ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਪ੍ਰਵਾਸੀ ਮਜ਼ਦੂਰਾਂ ਦੀ ਅਤੇ ਉਹ ਹੁਣ ਕਿਸੇ ਨੇ ਜੈਪੁਰ 'ਚ ਰਹਿ ਰਿਹਾ ਪੰਜਾਬੀ ਹੈਗਾ ਸਾਡੇ ਪੰਜਾਬ ਦੇ ਪੰਜਾਬ 'ਚ ਰਹਿ ਰਹੇ ਨੇ ਕਿ ਉਹਨਾਂ ਲੋਕਾਂ ਨੇ ਦਿਨ ਤਿਉਹਾਰ ਸਨ ਕੋਈ ਵਿਆਹ ਸ਼ਾਦੀਆਂ ਮਿੱਥੇ ਹੋਏ ਸੀ ਉਹਨੂੰ ਸਮਝ ਨਹੀਂ ਆਈ ਕਰਨਾ ਕੀ ਹੈ
ਵੀ ਜਦੋਂ ਤੁਸੀਂ ਬੰਦੇ ਨਾਲ ਬੰਦਾ ਬੈਠ ਹੀ ਨਹੀਂ ਸਕਦਾ ਤਾਂ ਵਿਆਹ ਸ਼ਾਦੀਆਂ ਕਿਵੇਂ ਹੋਣਗੀਆਂ? ਬਿਲਕੁਲ ਬਿਲਕੁਲ, ਇਹ ਕੁਛ ਵਿਆਹ ਸ਼ਾਦੀਆਂ ਤਾਂ ਹੋਣੀਆਂ ਵੀ ਨੇ, ਉਹਤੇ ਕੁਛ ਪਾਬੰਦੀਆਂ ਵੀ ਨੇ, ਇਸ ਬਾਬਤ ਕੋਈ ਖਬਰ ਅੱਜ ਛਪੀ ਹੈ ਕੁਛ ਦਰਸ਼ਕਾਂ ਦਾ ਚੱਲਦਾ ਬਹੁਤ ਬੜਾ ਇੰਟਰਸਟਿੰਗ। ਦੇਖੋ ਤਰਜ਼ੇ ਜ਼ਿੰਦਗੀ ਦੀ ਗੱਲ ਅਸੀਂ ਕਰਦੇ ਹਾਂ ਕਿ ਕਿਆ ਹਾਲਾਤ ਪੈਦਾ ਹੋ ਗਏ। ਜਲੰਧਰ ਦੀ ਨਿਊਜ਼ ਹੈ, ਇਟਸ ਵੈਰੀ ਇੰਟਰਸਟਿੰਗ, ਕਿ 11 ਲੋਕਾਂ ਨੇ ਐਪਲੀਕੇਸ਼ਨ DC ਨੂੰ ਐਪਲੀਕੇਸ਼ਨਸ ਦਿੱਤੀਆਂ ਨੇ ਜੀ। ਹਦਾਇਤ ਹੈ ਕਿ ਵਿਆਹ ਸ਼ਾਦੀ 'ਤੇ 50 ਤੋਂ ਵੱਧ ਲੋਕ ਨਾ ਇਕੱਠੇ ਹੋਵੋ, ਡਿਸਟੈਂਸ ਬਣਾ ਕੇ ਰੱਖੋ, ਮਾਸਕ ਲਾ ਕੇ ਰੱਖੋ। ਹਾਲਾਂਕਿ ਉਹ ਇੱਕ ਮੈਂ ਦੇਖ ਰਿਹਾ ਸੀ, ਇੱਕ ਫੋਟੋ ਕਿਸੇ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, 2 ਮਾਸਕ ਪਏ ਨੇ, ਉਹ ਇੱਕ ਮਾਸਕ 'ਤੇ ਲਿਖਿਆ ਹੋਇਆ ਕੁੜੀ ਵਾਲੇ ਅਤੇ ਦੂਜੇ 'ਤੇ ਲਿਖਿਆ ਮੁੰਡੇ ਵਾਲੇ, ਵੀ ਪਤਾ ਲੱਗਦਾ ਰਿਹਾ ਮੁੰਡੇ ਵਾਲੇ ਕੌਣ। ਜਿਹੜੇ ਇਵੈਂਟ ਮੈਨੇਜਮੈਂਟ ਵਾਲੇ ਬੰਦੇ ਨੇ ਯੈਸ ਪਹਿਲਾਂ ਥੋੜ੍ਹੇ ਤਿਆਰ ਹੋ ਕੇ ਮਾਰਕੀਟ 'ਚ ਆ ਗਏ ਸੀ ਜੀ, ਉਹਨਾਂ ਨੇ ਕੋਰੋਨਾ ਕੋਵਿਡ ਦੇ ਕੰਟੈਕਸਟ ਵਿੱਚ ਆਪਣੇ ਪੈਕੇਜ ਦੇਣੇ ਸ਼ੁਰੂ ਕਰ ਦਿੱਤੇ ਸੀ, ਕੁੜੀ ਚਲਕਾਰੇ ਮਿਲਦੇ ਨੇ ਯੈਸ। ਹੁਣ ਇਹ ਜਿਹੜੀਆਂ ਐਪਲੀਕੇਸ਼ਨਸ ਆਈਆਂ ਨੇ ਇਹਦੇ ਵਿੱਚ ਲੋਕਾਂ ਨੇ ਡਿਮਾਂਡ ਕੀਤੀ ਹੈ ਕਿ ਜਿਹੜੇ ਤਾਂ ਸ਼ਾਕਾਹਾਰੀ ਲੋਕ ਹੋਣਗੇ ਉਹਨਾਂ 50 ਦੇ ਵਿੱਚੋਂ, ਉਹ 4 ਤੋਂ ਅਤੇ 6 ਦੇ ਵਿਚਾਲੇ ਉਹ ਉਹਨਾਂ ਨੇ ਪਨੀਰ ਆ ਗਿਆ ਜਾਂ ਰਾਜਮਾਂਹ ਬਣ ਜਾਣਗੇ ਜਾਂ ਚਾਵਲ ਬਣ ਜੂ, ਰਾਇਤਾ ਬਣ ਜਾਏਗਾ, ਮਸ਼ਰੂਮ ਮਿਲ ਜਾਏਗੀ। ਪਰ ਜਿਹੜੇ ਥੋੜ੍ਹੇ ਜਿਹੇ ਨੌਨ ਵੈਜ ਦੇ ਸ਼ੌਕੀਨ ਨੇ ਉਹਨਾਂ ਨੂੰ 6 ਤੋਂ 8 ਦੇ ਵਿਚਾਲੇ ਫਿਰ ਸੱਦਿਆ ਗਿਆ ਹੈ, ਔਰ ਕਿਹਾ ਇਹ ਗਿਆ ਹੈ ਵੀ ਭਾਈ 30 ਤੋਂ 45 ਮਿੰਟ ਦੇ ਵਿੱਚ ਵਿੱਚ, ਜਾਣੀ ਜਿਵੇਂ ਆਪਾਂ ਰੇਸ ਲਾਉਣੀ ਵੀ ਹੁਣ ਤੇਰਾ ਟਾਈਮ ਸ਼ੁਰੂ। ਨਹੀਂ ਤੇ ਮੈਨੂੰ ਤੁਸੀਂ ਗੱਲ ਦੱਸੀ ਨਾ ਯਾਰ, 30 ਤੋਂ 45 ਮਿੰਟ ਦੇ ਵਿੱਚ ਵੈਜ ਵੀ ਮੰਨ ਲਿਆ ਤੇ ਤੁਸੀਂ ਆਪਣਾ ਵੀ ਮੰਨ ਲਿਆ ਯਾ ਯਾ, ਤੇ ਤੁਸੀਂ ਦਾਰੂ ਬਾਰੇ ਨਹੀਂ ਦੱਸਿਆ ਇਹ ਕੀ ਵਰਤਾਈ ਜਾਏਗੀ ਨਹੀਂ ਜਾਏਗੀ, ਨੌਨ ਵੈਜ ਦਾਰੂ ਤੋਂ ਬਗੈਰ ਵਿਆਹ ਨਹੀਂ ਹੁੰਦਾ। ਦੇਖੋ ਜਿਹੜੇ ਨੌਨ ਵੈਜ ਖਾਂਦੇ ਨੇ ਉਹਨੇ ਹਜ਼ਮ ਵੀ ਕਰਨਾ ਹੁੰਦਾ, ਇਹ ਅੰਡਰਸਟੈਂਡ ਕਰਦੇ ਨੇ ਸਾਡੇ ਦਰਸ਼ਕ। ਕਾਫੀ ਲੋਕ ਅਜਿਹੇ ਨੇ ਜਿਹੜੇ ਵੈਜ ਨੇ ਯਾ, ਪਰ ਦਾਰੂ ਨਾਲ ਰੱਖੀ ਹੋਵੇ ਤੇ ਚੰਗਾ ਲੱਗਦਾ, ਖਾਸ ਤੌਰ ਤੇ ਵਿਆਹ ਦੀ ਗੱਲ ਕਰਦੇ ਪਏ ਹੋ। ਆਪਾਂ ਫਿਰ ਉਹ ਐਪਲੀਕੇਸ਼ਨਾਂ ਕਢਾ ਕੇ ਉਹਨਾਂ ਨੂੰ ਸਲਾਹ ਦੇ ਦਾਂਗੇ। ਆ ਚਲੋ ਇਹਦੇ ਬਾਰੇ ਕੀ ਗੱਲ, ਪਰ ਇਟਸ ਵੈਰੀ ਇੰਟਰਸਟਿੰਗ ਕਿ ਲੋਕਾਂ ਨੇ 11 ਲੋਕਾਂ ਨੇ ਮੰਗ ਕੀਤੀ ਹੈ। ਕੋਵਿਡ ਦੇ ਕੰਟੈਕਸਟ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਵੀ ਵਿਆਹ ਸ਼ਾਦੀ ਵੀ ਹੋਣੀਆਂ ਨੇ, ਵਿਆਹ ਸ਼ਾਦੀ ਕੈਨਸਲ, ਇਸ ਮਰਹਲੇ ਨੂੰ ਪਹੁੰਚ ਗਏ ਸੀ, ਕਈਆਂ ਨੇ ਘਰਾਂ ਵਿੱਚ ਵਿਆਹ ਕੀਤੇ ਨੇ, ਯੈਸ ਕੀਤੇ ਨੇ, ਚਲੋ ਤਰੀਕ ਮਿੱਥੀ। ਬਿਲਕੁਲ ਬਿਲਕੁਲ, ਸਮਾਗਮ ਕਿਸੇ ਵੇਲੇ ਫੇਰ ਕਰ ਲਓ ਯਾਰ। ਮਾਂ ਬਾਪ ਤੋਂ ਬਾਹਰੇ ਮੈਂ ਇੱਕ DAV ਕਾਲਜ ਦੇ ਪ੍ਰੋਫੈਸਰ ਦੇ ਬੇਟੇ ਦੀ ਸ਼ਾਦੀ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਜਿਹੜਾ ਵਿਆਹ ਤਾਂ ਕਰਵਾਇਆ ਉੱਥੇ, ਆਪ ਦੋਵਾਂ ਜਣਿਆਂ ਨੇ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕ ਕੇ, ਅਤੇ ਆਸ਼ੀਰਵਾਦ ਫਿਰ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਦਿੱਤਾ ਗਿਆ ਬਾਪ ਵੱਲੋਂ। ਸੋ ਜੀ, ਇਸ਼ਾਰਾ ਹੋ ਰਿਹਾ ਹੈ ਕਿ ਟਾਈਮ ਮੁੱਕ ਗਿਆ ਹੈ, ਟਾਈਮ ਮੁੱਕ ਗਿਆ ਹੈ ਅਤੇ ਕਰੀਬ ਕਰੀਬ ਸਾਡੀਆਂ ਗੱਲਾਂ ਵੀ ਮੁੱਕ ਗਈਆਂ ਨੇ, ਔਰ ਹੋਰ ਕੋਈ ਅਸੀਂ ਜ਼ਿਆਦਾ ਗੱਲ ਨਹੀਂ ਕਰਦੇ। ਜਾਂਦੇ ਜਾਂਦਾ ਇੰਨਾ ਜ਼ਰੂਰ ਕਹਿ ਦਿੰਦੇ ਹਾਂ, ਤੁਸੀਂ ਨਹੀਂ ਆਖਦੇ ਮੈਂ ਹੀ ਆਖ ਦਿੰਦਾ, ਕਿ ਅਕਾਲੀ ਦਲ ਸੰਖੇਪ ਚ ਆਖ ਦਿੰਦਾ, ਅਕਾਲੀ ਦਲ ਨੇ ਆਪਣੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ, ਇਹ ਸੀਨੀਅਰ ਵਾਈਸ ਪ੍ਰੈਜ਼ੀਡੈਂਸੀ 'ਚ ਲੰਬੀ ਲਿਸਟ ਹੈ ਜਿਹਦੇ ਵਿੱਚ ਅਨੇਕ ਲੋਕ ਨੇ, ਕਾਫੀ ਲੋਕ ਪੁਰਾਣੇ ਹੈਗੇ ਨੇ, ਨਵਿਆਂ 'ਚੋਂ ਜਗਮੀਤ ਬਰਾੜ ਹੈਗੇ ਨੇ, ਦਾਮਾਦ ਮਾਧੁਰ ਸਾਹਿਬ ਦੇ ਹੈਗੇ ਨੇ, ਆਦੇਸ਼ ਪ੍ਰਤਾਪ ਕੈਰੋ ਸੀਨੀਅਰ, ਖਾਸ ਤੌਰ 'ਤੇ ਜਿਹੜਾ ਰੁਤਬਾ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਕੋਲ ਹੁੰਦਾ ਸੀ, ਸਕੱਤਰ ਜਨਰਲ ਦਾ, ਉਹ ਹੁਣ ਬਲਵਿੰਦਰ ਸਿੰਘ ਭੁੰਦੜ ਹੋਰਾਂ ਕੋਲ ਆ ਗਿਆ। ਅਗਲੇ ਪ੍ਰੋਗਰਾਮ 'ਤੇ ਅਸੀਂ ਫਿਰ ਮਿਲਣਾ ਹੈ, ਬਿਲਕੁਲ ਸ਼ੁਕਰੀਆ ਆਪ ਜੀ ਦਾ, ਮਿਹਰਬਾਨੀ, ਔਰ ਸ਼ੁਕਰੀਆ ਤੁਹਾਡੇ ਦਰਸ਼ਕਾਂ।